ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸਾਂ ਅਤੇ ਵਿਦੇਸਾਂ 'ਚ ਬੈਠੇ ਸਾਡੇ ਸਾਰੇ ਪਰਿਵਾਰ ਵੀਰ ਅਤੇ CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਜਵਾਨ, ਸਾਡੀ ਪੂਰੀ ਪੈਰਾਮਿਲਟਰੀ ਫੋਰਸ ਦੇ ਜਵਾਨ, ਪੂਰੀ ਸਾਡੀ ਸਟੇਟ ਅਤੇ ਸਾਡੇ ਦੇਸ਼ ਪ੍ਰਦੇਸਾਂ 'ਚ ਵੀਰ ਬੈਠਿਆਂ ਹੋਇਆਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਅਸੀਂ ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਦੇਸਾਂ ਵਿਦੇਸਾਂ 'ਚ ਬੈਠੇ ਆ ਵੀਰਾਂ ਦੇ ਹੋਰ ਕਾਰੋਬਾਰ ਉੱਪਰ ਜਾਣ, ਹੋਰ ਤਰੱਕੀਆਂ ਕਰਨ ਅਤੇ ਸਾਡੇ CRPF ਦੇ ਜਵਾਨ ਤੰਦਰੁਸਤੀਆਂ ਮਾਣ, ਜਿਨ੍ਹਾਂ ਨੇ ਦੇਸ਼ ਦੀ ਇੰਨੀ ਸੇਵਾ ਕੀਤੀ ਹੈ। ਗੁਰੂ ਮਹਾਰਾਜ ਉਹਨਾਂ ਦੇ ਸਿਰ 'ਤੇ ਹੱਥ ਰੱਖੇ, ਉਹਨਾਂ ਦੇ ਪਰਿਵਾਰਾਂ ਦੇ ਸਿਰ 'ਤੇ ਹੱਥ ਰੱਖੇ। ਅਸੀਂ ਆਪਣੇ CRPF ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਅਤੇ ਲਾਈਵ ਪੰਜਾਬ ਨਿਊਜ਼ ਦੀ ਟੀਮ ਵੱਲੋਂ ਗੁਰੂ ਮਹਾਰਾਜ ਅੱਗੇ ਇਹੀ ਬੇਨਤੀਆਂ ਕਰਦੇ ਹਾਂ ਕਿ ਸਾਡੇ ਦੇਸ਼, ਸਾਡੀ ਸਟੇਟ, ਪੂਰੀ ਦੁਨੀਆ 'ਤੇ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਹਰ ਪਰਿਵਾਰ ਵਿੱਚ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ, ਹਰ ਘਰ ਵਿੱਚ ਖੁਸ਼ੀਆਂ ਹੋਣ, ਪੰਜਾਬ ਸਾਡਾ ਉਹੀ ਰੰਗਲਾ ਪੰਜਾਬ ਬਣ ਜਾਏ। ਹਰ ਘਰ ਵਿੱਚ ਗੁਰੂ ਮਹਾਰਾਜ ਕਿਰਪਾ ਕਰੇ, ਜਿਹੜਾ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਹੈ, ਰੋਜ਼ ਜਿਹੜੀਆਂ ਇੰਨਾ ਅੱਤਿਆਚਾਰ ਹੋ ਰਿਹਾ ਸੀ, ਉਹ ਗੁਰੂ ਮਹਾਰਾਜ ਕਿਰਪਾ ਕਰੇ ਵੀ ਉਹ ਘਟੇ ਅਤੇ ਹਰ ਘਰ ਵਿੱਚ ਖੁਸ਼ੀਆਂ ਆਵੇ। ਨਵੇਂ ਸਾਲ 'ਤੇ ਸਾਰਿਆਂ ਸਾਡਿਆਂ ਵੀਰਾਂ ਨੂੰ CRPF ਵੱਲੋਂ, ਐਕਸਮੈਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਲੱਖ ਲੱਖ ਵਧਾਈਆਂ ਹੋਣ, ਹਰ ਘਰਾਂ ਵਿੱਚ ਖੁਸ਼ੀਆਂ ਆਵੇ, ਇਹੀ ਸਾਡੀ ਗੁਰੂ ਮਹਾਰਾਜ ਅੱਗੇ ਅਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।